ਸ਼ਲੋਕ ਮਹੱਲਾ ਪਹਿਲਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਜਿੰਨ ਜਿਹੜੇ ਸਾਨੂੰ ਪੜ੍ਹਾਏ ਹੋਏ ਨੇ ਪਹਿਲਾਂ ਜਿੰਨ ਲਫ਼ਜ਼ ਕਿਤੋਂ ਆਇਆ ਹੋਇਆ ਸਾਡੇ ਕੋਲ ਜਿਹਦੇ ਨਾਲ ਗੱਲ ਕਰ ਰਹੇ ਨੇ ਉਹ ਜਿੰਨ ਕਿਸੇ ਚੀਜ਼ ਨੂੰ ਬੋਲਦਾ ਉਹਨੂੰ ਦੱਸਿਆ ਹੋਇਆ ਧਰਮ ਨੇ ਦੱਸਿਆ ਇਹ ਧਰਮ ਨੂੰ ਹੋਰ ਹੈ ਉਹ ਨਹੀਂ ਹੈਗਾ ਜਿਹੜੀ ਉਹਨਾਂ ਦੀ ਬਣਾਉਤ ਹੈ ਇਸ ਕਰਕੇ ਜਿੰਨ ਤਾਂ ਹੈਗੇ ਨੇ ਅਸੀਂ ਵੀ ਬਣਦੇ ਹਾਂ ਪਰ ਉਹ ਜਿੰਨ ਜਿਹੜਾ ਬਣਦੇ ਨੇ ਨਾ ਜਿਹਨਾਂ ਨੇ ਦੱਸਿਆ ਜਿੰਨ ਇਹ ਜੇ ਹੁੰਦੇ ਨੇ ਦਰਅਸਲ ਉਹ ਖੁਦ ਜਿੰਨ ਨੇ ਆਪ ਉੱਗਲ ਹੋਰ ਵੱਲ ਨੂੰ ਕਰਤੀ ਕਿਉਂਕਿ ਜਿੰਨੇ ਮਨ ਮੱਤ ਵਾਲੇ ਨੇ ਮਨ ਮੁੱਖਣ ਸਾਰੇ ਜਿੰਨ ਦੇ ਕਹਿਣ ਦਾ ਮਤਲਬ ਇਹ ਹੈ ਉਹ ਆਪਣੇ ਆਪ ਨੂੰ ਜਿੰਨ ਨਹੀਂ ਮੰਨਦੇ ਆਪਣੇ ਆਪ ਨੂੰ ਦੇਵਤਾ ਮੰਨਦੇ ਨੇ ਤਾਂ ਉਹਨਾਂ ਨੂੰ ਜ਼ਰੂਰੀ ਸੀ ਕਿ ਤੁਹਾਨੂੰ ਜਿੰਨ ਕੁਝ ਹੋਰ ਭੱਬੜ ਭੂਸਾ ਪਾਉਂਦੇ ਵੀ ਜਿੰਨ ਕੌਣ ਹੁੰਦਾ ਗੁਰਬਾਣੀ ਭੱਬੜ ਭੂਸਾ ਖਤਮ ਕਰਕੇ ਉਹਨਾਂ ਨੂੰ ਕਹਿੰਦੇ ਵੀ ਜਿੰਨ ਇਹ ਨਹੀਂ ਇਹਨਾਂ ਨੇ ਸਾਨੂੰ ਇਹ ਧਰਮ ਪੜਾਇਆ ਵਿਰੋਧ ਤਾਂ ਸ਼ੁਰੂ ਹੋ ਗਿਆ ਧਰਮ ਦਾ ਠੀਕ ਹੈ ਇਹ ਕਾਰਨ ਸੀ ਭਗਤਾਂ ਨੂੰ ਖਾਤੀਆਂ ਦੇ ਅੱਗੇ ਵੱਧ ਕੇ ਸਟਾਉਣ ਦਾ ਪਰ ਜੋ ਵੀ ਤੁਸੀਂ ਹਿਸਟਰੀ ਦੇ ਵਿੱਚ ਧਰਮ ਦੀ ਚ ਦੇਖਦੇ ਹੋ ਸਾਖੀਆਂ ਦੇ ਵਿੱਚ ਨਾਮਦੇਵ ਨਾਲ ਜਾਂ ਕਬੀਰ ਨਾਲ ਜਾਂ ਗੁਰੂ ਘਰ ਨਾਲ ਜੋ ਹੋਇਆ ਉਹ ਤਾਂ ਗਰਾਊਂਡ ਹੈ ਕੁਛ ਸਾਡੇ ਕੋਲ ਉਹਨਾਂ ਨੂੰ ਤਕਲੀਫ ਹੈ ਬਹੁਤ ਬੜੀ ਇਸ ਗੱਲ ਦੀ ਉਹ ਕਹਿੰਦਾ ਜਿੱਦ ਇਹ ਨੇ ਕਿੱਡੀ ਵੱਡੀ ਮਤਲਬ ਉਹਨਾਂ ਨੂੰ ਬਰਦਾਸ਼ਤ ਕਰਨੀ ਹੋ ਜਾਵੇ ਗੱਲ ਉਹਨਾਂ ਚਾਰਾ ਤਾਦਾਦ ਬਹੁਤ ਹੈ ਰਾਜੇ ਉਹਨਾਂ ਦੇ ਉਸ ਵਕਤ ਦੇ ਉਸ ਧਰਮ ਨੂੰ ਵੱਡੀ ਬੈਠੇ ਨੇ ਭਾਈਧਾਰੀ ਰਾਜੇ ਸਾਰੇ ਗੁਰਤੀ ਪੂਜਕ ਸੀ ਤੇ ਦਸਮ ਪਾਸ਼ਾ ਕਹਿ ਰਹੇ ਨੇ ਕਾਹੇ ਕੋ ਪਾਹਨ ਪੂਜਿਤ ਹੈ ਪਸ਼ੂ ਪਾਹਨ ਵੀ ਪਰਮੇਸ਼ਰ ਨਹੀਂ ਫਿਰ ਕਿੰਨੀ ਸੱਟ ਵੱਜਦੀ ਹੈ ਇਹ ਬਾਣੀ ਸੱਟ ਮਾਰਦੀ ਬਹੁਤ ਬੜੀ ਜ਼ਬਰਦਸਤ ਉਹ ਫਿਰ ਪਾਪੜ ਵਿੱਚ ਸੱਚ ਅਖੰਡ ਪਾਪੜ ਪਾਪੜ ਤਾਂ ਬਚਣਾ ਹੀ ਹੈ ਹਾਂਜੀ ਉਹ ਜਿੱਦ ਲਫ਼ਜ਼ ਦੀ ਪਹਿਲਾਂ ਪਹਿਲੀ ਲਾਈਨ ਦੇ ਵਿੱਚ ਜਿੱਦ ਨਹੀਂ ਹੁੰਦਾ ਇਹ ਸਾਨੂੰ ਸਮਝਾਉਂਦੇ ਵੀ ਭਾਈ ਜਿਹੜੇ ਤੁਹਾਨੂੰ ਸਮਝਾਏ ਜਿੱਦ ਉਹ ਨਹੀਂ ਹੁੰਦੇ ਇਹ ਖੁਦ ਆਪ ਜਿੱਦ ਦੇ ਜਿਹਨਾਂ ਨੇ ਤੁਹਾਨੂੰ ਇਹ ਧਰਮ ਪੜਾਇਆ ਜਿੰਨੇ ਲੋਕ ਹੈ ਸਾਰੇ ਜਿੰਨੇ ਹੀ ਹੈ ਫਿਰ ਤਾਂ ਕੱਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ ਕੱਲੀ ਅੰਦਰ ਕਹਿ ਤਾਂ ਨਾਲ ਸ਼ਰਤ ਲਾਤੀ ਹਾਂਜੀ ਕੱਲੀ ਦੀ ਸ਼ਰਤ ਹੈ ਜਿਹੜੇ ਕਲਯੁਗ ਚ ਵਰਤ ਰਹੇ ਹੈ ਉਹ ਜਿੰਨ ਹੈ ਉਹ ਜਿੰਨ ਦੇ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੁੰਦਾ ਜੇ ਮਿਲੇ ਆਇਆ ਫਿਰ ਕਲਯੁਗ ਨਹੀਂ ਜੇ ਪਿਛੜੇ ਆਇਆ ਫਿਰ ਕਲਯੁਗ ਪਿਛੜੇ ਹੋਇਆ ਤਾਂ ਪਾਣੀ ਤੋਂ ਲਹਿਰ ਵੱਖਰੀ ਦਿਖਾਈ ਦਿੰਦੀ ਹੈ ਟਿਕਿਆ ਹੋਇਆ ਪਾਣੀ ਇੱਕ ਸ਼ਰਤ ਕਲੀ ਅੰਦਰ ਇਹਦੇ ਚ ਜਦੋਂ ਕਲੀ ਤੋਂ ਬਾਹਰ ਕਲਪਨਾ ਤੋਂ ਬਾਹਰ ਚਲੇਗਾ ਫਿਰ ਜਿੰਨ ਨਹੀਂ ਰਹਿਣਾ ਉਹ ਹਾਂ ਫਿਰ ਬ੍ਰਹਮ ਲੀਨ ਰੁਕ ਜਾਣੇ ਹੁੰਦੇ ਫਿਰ ਦੇਵਤਾ ਬਣ ਹਾਂਜੀ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਉਹ ਜਿਹੜੇ ਧੀ ਪੁੱਤ ਜਿਹੜੇ ਉਹ ਮੰਦੀ ਬੈਠੇ ਨੇ ਨਾ ਆਪਣੇ ਜਿਹਨਾਂ ਨੂੰ ਕਹਿੰਦੇ ਨੇ ਅਸਲ ਵਿੱਚ ਉਹ ਨੂਰ ਹੈ ਜਿਹੜੇ ਧੀ ਪੁੱਤ ਨੇ ਉਹਨਾਂ ਦੇ ਉਹ ਨੂਰ ਹੈ ਅਸੀਂ ਨੀ ਉਹਨੂੰ ਮੰਨਦੇ ਧੀ ਪੁੱਤ ਨੂਰ ਹੈ ਉਹ ਤਾਂ ਨੂਰ ਕਿਸੇ ਤੋਂ ਪੈਦਾ ਨਹੀਂ ਹੋਇਆ ਹੋਇਆ ਇੱਕ ਨੂਰ ਹੈ ਇਹਦਾ ਜਨਮ ਨਹੀਂ ਹੋਇਆ ਹੋਇਆ ਕਿਤੇ ਲਿਖਿਆ ਹੋਇਆ ਹਾਂ ਉਹ ਦੋ ਥਾਂ ਦਾਲ ਹੋ ਸਕਦੀ ਹੈ ਉਹਦੀ ਬਸ ਧੀ ਪੁੱਤ ਦੇ ਗੁਰਬਾਣੀ ਉਹਨੂੰ ਇੱਕ ਨੂਰ ਬਣਦੀ ਹੈ ਇੱਕ ਨੂਰ ਹੈ ਸਭ ਕੋਈ ਧੂਰੀ ਧੀ ਨੀ ਕਿਸੇ ਦੀ ਕੋਈ ਪੁੱਤ ਨੀ ਹਾਂ ਸਰੀਰ ਕਰਕੇ ਉਹ ਰਿਸ਼ਤਾ ਹੈ ਦਿਮਾਗ ਅਸੀਂ ਉਹਨੂੰ ਧੀ ਪੁੱਤ ਮੰਨ ਲਿਆ ਹੋਇਆ ਉਹ ਮਨ ਵੱਤ ਨੇ ਹੁਰੂ ਇਹ ਬਣ ਲਿਆ ਹੋਇਆ ਜੋ ਦੀ ਦਾ ਅੱਖਰ ਤੇ ਸੱਚ ਬਣੇ ਆਇਆ ਤੇ ਗੁਰਬਾਣੀ ਕਹਿੰਦੀ ਹੈ ਤੈਂ ਜੀਵਨ ਜੰਗ ਸੱਚ ਕਰ ਜੰਗ ਤੈਂ ਤੈਨੂੰ ਸੱਚ ਮੰਨ ਲਿਆ ਜੋ ਦੀ ਦਾ ਅੱਖਰ ਵਿੱਚ ਸੱਚ ਹੈ ਇੱਥੇ ਆ ਕੇ ਗੁਰਬਾਣੀ ਦਾ ਰਾਹ ਵੱਖਰਾ ਹੋ ਜਾਂਦਾ ਗੁਰਮੁਖਾਂ ਦਾ ਅਰਦੂਆ ਜਿਹੜੀ ਗੁਰਮੁਖਾਂ ਦਾ ਰਾਹ ਵੱਖਰਾ ਵੱਖਰਾ ਹੋ ਜਾਂਦਾ ਭਾਸ਼ਾ ਵੀ ਵੱਖਰੀ ਹੋ ਜਾਂਦੀ ਹੈ ਇੱਥੇ ਆ ਕੇ ਉਹਨਾਂ ਨੇ ਜੋਤ ਦੀ ਗੱਲ ਕਰਦੀ ਹੈ ਉਹਨਾਂ ਦੀ ਜਾਤ ਦੀ ਗੱਲ ਕਰਦੀ ਸਰੀਰ ਦੀ ਗੱਲ ਕਰਦੀ ਜਿਹਨਾਂ ਸਰੀਰ ਤੋਂ ਬਾਹਰ ਕਦੇ ਸੁਣਿਆ ਹੀ ਨਹੀਂ ਕੁਛ ਦੇਖਿਆ ਹੀ ਨਹੀਂ ਉਹ ਕਿਵੇਂ ਸਮਝੇ ਉਹ ਉਹਨਾਂ ਦੀ ਤਾਲਮੇਲ ਨਹੀਂ ਬੈਠੇ ਤਾਲਮੇਲ ਖਾਤਰ ਬਹੁਤ ਸਾਰੇ ਲਫ਼ਜ਼ ਘੜੇ ਬਹੁਤ ਕੁਛ ਲਿਖਿਆ ਹੋਇਆ ਗੁਰਬਾਣੀ ਚ ਵੀ ਦੀਆਂਵਲੀ ਵੀ ਦਿੱਤੀ ਹੋਈ ਹੈ ਕਿਵੇਂ ਅਰਥਾਉਣੀ ਹੈ ਬਾਣੀ ਕੀ ਸ਼ਰਤਾਂ ਨੇ ਬਹੁਤ ਸਾਰੀਆਂ ਸ਼ਰਤਾਂ ਨੇ ਨਾਨਕ ਦਾਸ ਮੁਖ ਤੇ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਨਹੀਂ ਲਵੜਿਆ ਗਿਆ ਨਾਨਕ ਕਹਿੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਜਿੰਨੇ ਵੀ ਤੇਰੇ ਦਾਸ ਨੇ ਇਸ ਭਗਤ ਨੇ
ਜਿਹੜਾ ਉਹਨਾਂ ਨੇ ਮੂੰਹ ਚ ਬੋਲਦੇ ਨੇ ਹਾਂ ਉਹ ਸੱਚ ਹੋ ਗਿਆ। ਉਹ ਦੋ ਸੱਚਾਈਆਂ ਨੇ, ਸੰਸਾਰੀ ਭਾਸ਼ਾ ਚ ਵੀ ਸੱਚ ਹੈ, ਨਿਰਾਕਾਰੀ ਦੁਨੀਆਂ ਦੇ ਵਿੱਚ ਵੀ ਸੱਚ। ਦੋਵੇਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਅਰਥ ਦੇ, ਤਾਂ ਗੱਲ ਬਣਦੀ। ਜਿਹੜੀ ਤੁਸੀਂ ਸਟ੍ਰੈਸ ਕਰਦੇ ਜਿਹੜੀ ਚੀਜ਼ ਤੋਂ, ਗੱਲ ਠੀਕ ਹੈ ਤੁਹਾਡੀ ਆਪਣੀ ਜਗ੍ਹਾ, ਤੁਸੀਂ ਕੱਲੀ ਨੂਰ ਤੇ ਸਟ੍ਰੈਸ ਕਰਦੇ ਹੋ, ਪਰ ਜਿਹੜਾ ਆਦਮੀ ਨਾਲ ਗੱਲ ਹੋ ਰਹੀ ਹੈ ਉਹਨੂੰ ਤਾਂ ਨੂਰ ਸਮਝਾਉਣ ਰਿਹਾ ਜੇ, ਉਹ ਤਾਂ ਦੇਹ ਦੇ ਰੂਪ ਤੇ ਤਲ ਤੇ ਖੜਾ ਹੈ, ਜੋ ਸਰੀਰ ਦੇ ਤਲ ਤੇ ਪਿਓ ਪੁੱਤ ਪਤੀ ਪੁੱਤ ਬੁੱਧੀ ਬੈਠਾ, ਉਹਨੂੰ ਉੱਥੋਂ ਚੱਕ ਕੇ ਉੱਤੇ ਲੈ ਕੇ ਆਉਣਾ। ਬਸ ਆਹ ਗੱਲ ਹੈ, ਠੀਕ ਹੈ ਜੀ। ਫਰੀਦਕੋਟ ਵਾਲਿਆਂ ਨੇ ਅਰਥ ਕੀਤੇ ਹੋਏ ਆ ਵੈਸੇ, ਉਹ ਕਹਿੰਦੇ ਆ ਕਲੀ ਕਲੇਸ਼ ਕਲੇਸ਼ ਮੈਂ ਜਿਨ ਪੁਰਸ਼ੋਂ ਕਾ ਜਨਮ ਹੈ ਤਿਨਕਾ ਪੁੱਤ ਮਨ, ਜਿਨਕਾ ਬੱਚਾ ਹੈ ਧੀ ਬੁੱਧੀ ਜਿਨਕੀ ਬੱਚੀ ਹੈ, ਜੋਰੂ ਇਸਤਰੀ ਭਾਵ ਅਵਿਦਿਆ ਜਿਨਾ ਭਾਵ ਸਭ ਅਸਾਰੀ ਸੰਪਤੀ ਕਾ ਸਰਦਾਰ ਹੈ। ਉਹਨਾਂ ਨੇ ਐ ਕੀ ਜਿਹੜੀ ਅਵਿਦਿਆ ਉਹਨੂੰ ਜੋਰੂ ਕਿੱਥੇ ਕਿਹਾ ਗੁਰਬਾਣੀ ਤਾਂ ਇਹ ਦੱਸ, ਬਾਕੀ ਫਿਰ ਪੁੱਛਾਂਗੇ ਆਪਾਂ। ਜੋਰੂ ਗੁਰਬਾਣੀ ਉਹਦੀ ਗਰਾਉਂਡ ਦੱਸੋ ਕਿੱਥੇ, ਜੋਰੂ ਅੱਖਰ ਅਵਿਦਿਆ ਕਿਤੇ ਬਣਦਾ, ਜੋਰੂ ਅਵਿਦਿਆ ਬਣਦਾ ਹੈ ਪਹਿਲਾਂ ਮੈਨੂੰ ਤੁਸੀਂ ਇੰਨੀ ਗੱਲ ਦੱਸ ਦੋ। ਇਹ ਮੈਂ ਟੀਕਾ ਸਾਰਾ ਪੜਿਆ ਹੋਇਆ, ਇੱਕ ਵਾਰ ਨੀ 10 ਵਾਰ ਪੜਿਆ ਹੋਇਆ, 10-15 ਵਾਰੇ ਸਾਧੂਆਂ ਦਾ ਟੀਕਾ ਪੜਿਆ, ਦੋਵੇਂ ਮੈਚ ਵੀ ਕੀਤੇ ਹੋਏ, ਕਿਸੇ ਦੀ ਨਕਲ ਸਾਧੂ ਨੇ ਕੀਤੀ ਹੈ। ਪਰ ਉਹਨੇ ਨਹੀਂ ਨਾ ਲਿਖਿਆ ਹੈ, ਉਹਨੇ ਤਾਂ ਨਹੀਂ ਇਹ ਮਨ ਬੱਚਾ ਉਹ ਭਾਸ਼ਾ ਹੀ ਬਦਲੀ ਹੈ, ਭਾਸ਼ਾ ਹੀ ਬਦਲੀ ਹੈ ਉਹਨੇ, ਥੋੜਾ ਜਿਹਾ ਹੀ ਫਰਕ ਪਾਇਆ ਮੈਨੂੰ ਪਤਾ ਹੈ, ਜਿੱਦਾਂ ਪਾਇਆ ਜਿੱਥੇ ਜਿੱਥੇ ਪਾਇਆ, ਜਿਹੜੇ ਕੰਪਲੀਕੇਸ਼ਨਾਂ ਨੇ ਉਹ ਤਾਂ ਉਹ ਜਿਉਂਦੀਆਂ ਤੇ ਉਹਨੇ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ, ਭਈ ਜਿਹੜੇ ਖਿੰਦੇ ਮਨਮਤ ਵਾਲੇ ਨੇ, ਹਾਂਜੀ ਉਹ ਤੇ ਉਹ ਜੋੜਾ ਦਾ ਕਹਿਆ ਹੁਕਮ ਆਉਂਦੇ। ਇਸਤਰੀ ਜਿਹੜੀ ਹੈਗੀ ਹੈ ਔਰਤ ਮਾਇਆ ਨਾਲ ਜੋੜਦੀ ਹੈ, ਤੋੜਦੀ ਨਹੀਂ, ਤੋੜਦਾ ਆਦਮੀ ਜਿਉਂਦੇ ਨੂੰ ਹਾਲ ਨਾਲ ਆਦਮੀ ਦਾ ਕੰਮ, ਜੋਤ ਨੂੰ ਜਾਤ ਨਾਲ ਜੋੜਨਾ ਇਸਤਰੀ ਦਾ ਕੰਮ, ਇਹਨਾਂ ਦਾ ਕੰਮ ਇੱਕ ਦੂਜੇ ਤੋਂ ਵਿਰੁੱਧ ਨਹੀਂ। ਉਹ ਜੋੜਦੀਆਂ ਕਿਵੇਂ, ਇਸਤਰੀਆਂ ਦਾ ਕੋਈ ਗ੍ਰੰਥ ਵੀ ਨਹੀਂ ਲਿਖਿਆ ਹੁਣ ਤਾਂ, ਉਹ ਇਹ ਦੱਸੋ ਵੀ ਉਹ ਜੋੜ ਕਿਵੇਂ ਰਹੀਆਂ, ਜਾਂ ਤਾਂ ਗ੍ਰੰਥ ਹੋਵੇ ਉਹ ਦੱਸੇ ਵੀ ਆਹ ਲਿਖਿਆ ਹੋਇਆ। ਜਿਹੜੀ ਮੱਤ ਬਣਾਈ ਹੋਈ ਹੈ ਤੁਹਾਡੀ, ਉਹੀ ਇਸਤਰੀਆਂ ਦੀ ਮੱਤ ਹੈ, ਇਸਤਰੀਆਂ ਵਾਸਤੇ ਬਣਾਈ ਸੀ ਮੱਤ ਉਹ, ਤਾਂ ਹੀ ਖੱਬਾ ਪੈਰ ਪਹਿਲਾਂ ਉੱਠਦਾ, ਖੱਬੇ ਪਾਸੇ ਨੂੰ ਫੇਰੇ ਨੇ, ਸੱਜੇ ਪਾਸੇ ਨੇ ਪ੍ਰਕਰਮਾ ਕਰਦੇ, ਸਾਖਤ ਸਿਓਕਰ ਉਲਟੀ ਰੇ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਓਕਰ ਉਲਟੀ ਰੇ, ਕੀ ਉਲਟੀ ਰੇ ਨੇ। ਫਿਰ ਜੋਰੂ ਸਾਖਤ ਹੋ ਗਿਆ ਜੀ, ਹਾਂ ਸਾਖਤਾਂ ਦੀਆਂ ਮੱਤਾਂ ਜੋਰੂ ਦੀਆਂ ਮੱਤਾਂ ਨੇ, ਜਿੰਨੀਆਂ ਵੀ ਸਾਖਤਾਂ ਦੀਆਂ, ਉਹ ਇਸਤਰੀਆਂ ਚਰਿੱਤਰ ਉਹਦੇ ਵਿੱਚ ਆਉਂਦਾ, ਸਾਰੇ ਔਗਣੇ ਔਗਣ ਨੇ ਉੱਥੇ ਦਿਖਾਏ ਹੋਏ। ਅੱਛਾ ਜੀ, ਦਾ ਭਾਵ ਆਪਾਂ ਲੈਣੇ ਆ ਵੀ ਉਹ ਜਿਹੜੀ ਮੱਤ ਤੇ ਚਾਹੇ ਉਹ ਬੰਦੇ ਦੀ ਉਹ ਲਿਖੀ ਹੋਵੇ ਮੱਤ, ਉਹ ਮੂਰਤੀ ਨੂੰ ਪੁੱਜੀ ਬੈਠੇ ਪਰ ਔਲਾ ਕਿਹੜੀ ਗੱਲ ਦਾ ਸੀ, ਛੱਡੀ ਦਾ ਉਹਨੇ ਨਾ ਬਣਾਈ ਦੀ ਹੋਈ ਔਰਤ ਮਾਤਾ ਮੂਰਤੀ। ਪਰ ਦੁਨੀਆ ਦੇ ਹੋਰ ਧਰਮ ਵੀ ਤਾਂ ਹੈ ਨਾ ਜਿਨ੍ਹਾਂ ਵਿੱਚ ਨਹੀਂ ਔਰਤ ਨੇ, ਹੁਣ ਇਸਲਾਮ ਐਡਾ ਬੜਾ ਧਰਮ ਹੈ, ਕਿ ਉਹ ਔਰਤ ਮੱਤ ਵਾਲਾ ਧਰਮ ਹੈ? ਅੱਖਾਂ ਨੂੰ ਜੋ ਦੀਦਾ ਜਿਹੜਾ ਸੱਚਵੰਦ ਹੈ ਉਹਨੂੰ ਪਤਾ ਔਰਤ ਵਾਲਾ ਕਿਤੋਂ ਆ ਕੇ ਹੈ, ਵੀ ਥੋੜੀ ਡਿਗਰੀ ਵੀ ਉਹਦੀ ਵਧਾਈ ਹੋਈ ਹੈ, ਦੁਵਰਨਾ ਤੁਰਕੂ ਕੌਣ, ਕਮੀ ਉਹ ਚ ਵੀ ਹੈ, ਇੰਨੀ ਦੀ ਕਮੀ ਹੈ ਜਿੰਨੀ ਬਿਲਕੁਲ ਮੂਰਤੀ ਪੂਜਾ ਨਹੀਂ ਕਰਦੇ, ਨਾ ਬੰਦੇ ਦੀ ਗੱਲ ਨਾ ਔਰਤ ਦੀ ਗੱਲ, ਹਾਲਾਂਕਿ ਬੰਬੂ ਸਾਹਿਬ ਦੀ ਵੀ ਮੂਰਤੀ ਨਹੀਂ ਉਹਦੇ ਕੋਲ, ਤੁਹਾਨੂੰ ਫੋਟੋ ਮਿਲੂਗੀ। ਇੱਕ ਗੱਲ ਤਾਂ ਜ਼ਰੂਰ ਜਾਣਦੇ ਹਾਂ ਨਾ, ਕਿ ਉਹ ਜੋ ਜਿਹਦੀ ਅਸੀਂ ਭਾਲ ਕਰਦੀ ਹੈ ਉਹ ਕੋਈ ਗੈਬੀ ਸ਼ਕਤੀ ਕਹਿੰਦੇ ਨੇ, ਅੱਖਾਂ ਨੂੰ ਦਿਖਾਉਣ ਵਾਲੀ ਚੀਜ਼ ਨਹੀਂ। ਜਦੋਂ ਆਪਾਂ ਕਹਿੰਦੇ ਜਿੰਨਾ ਦਾ ਅਵਤਾਰ, ਜਿਹੜੀ ਇਸਤਰੀ ਜਿੰਨਾ ਦੇ ਅਵਤਾਰ ਚ ਨਹੀਂ ਆਉਂਦੀ, ਆਉਂਦੀ ਹੈ ਉਹਦੀ, ਕਿਉਂ 30,000 ਪੁੱਤ ਜ਼ਿਆਦਾ ਆ ਗਏ ਇਸਤਰੀ ਵਿੱਚ ਨਹੀਂ ਆ ਗਈ। ਧੀ ਔਰ ਪੁੱਤ ਦਾ ਆਪਾਂ ਅਰਥ ਹੋਰ ਕੀਤੇ ਨਾ, ਆਪਾਂ ਧੀ ਪੁੱਤ ਮੰਨੇ ਨਹੀਂ, ਸ਼ਬਦ ਆਇਆ ਕਿੱਥੋਂ, ਗ੍ਰੰਥ ਚੋਂ ਹੀ ਆਇਆ ਸ਼ਬਦ, ਕਿਸੇ ਭਾਸ਼ਾ ਚੋਂ ਹੀ ਆਇਆ, ਭਾਸ਼ਾ ਵੀ ਤਾਂ ਕਿਸੇ ਗ੍ਰੰਥ ਹੋਊਗੀ ਭਾਸ਼ਾ ਲਿਖੀ ਹੋਈ। ਜੋਰੂ ਦਾ ਮਤਲਬ ਸਾਖਤ ਹੈ, ਸਾਖਤਾਂ ਦੀ ਮੱਤ, ਸਾਖਤ ਨਹੀਂ, ਸਾਖਤਾਂ ਦੀ ਮੱਤ ਤਾਂ ਗ੍ਰੰਥਾਂ ਚ ਲਿਖੀ ਹੋਊਗੀ, ਉਹੀ ਉੱਥੋਂ ਹੀ ਲੈਣੇ ਹੋ ਜਿਹੜੀ ਹੁਣ ਸਿਮਰਤੀ ਹੈ, ਕੂੜ ਗੱਲ ਨਹੀਂ ਅੱਛੀ, ਉਹਦੀਆਂ ਸਾਖੀਆਂ ਲਿਖੀਆਂ ਹੋਈਆਂ ਨੇ, ਅਸੀਂ ਵੀ ਸਾਖੀਆਂ ਦੇ ਸਿਰ ਤੇ ਅੱਜ ਤਾਈ ਪ੍ਰਚਾਰ ਕੀਤਾ, ਇੱਥੇ ਮਾਇਆ ਪ੍ਰਧਾਨ ਆ ਜਾਵੇ ਨਾ ਮਾਇਆ, ਜੋਤ ਨੂੰ ਛੱਡ ਕੇ ਜਾਤ ਤੇ ਆ ਜੀ, ਜਾਤ ਮਾਇਆ, ਸਰੀਰ ਮਾਇਆ, ਮਾਇਆ ਦੀ ਪੂਜਾ ਜੋਰੂ ਕਰਲਾ, ਤੇ ਜੋਰੂ ਦਾ ਭਾਵ ਆਪਾਂ ਮਾਇਆ ਲਵਾਂਗੇ ਜੀ। ਜਿਹੜੀ ਜਾਤ ਦੀ ਗੱਲ ਕਰਦੀਆਂ ਉਹ ਜੋਰੂ ਦੀਆਂ, ਜਿਹੜੇ ਜੋਤ ਦੀ ਗੱਲ ਕਰਦੀਆਂ ਕਰਦੀਆਂ ਉਹ ਮਰਦਾਨੀ ਮੱਤ ਹੈ ਜੀ, ਉਹ ਮਰਦਾਨੀ ਕਾਲ ਮਰਦੀ ਕਾਲੀ ਸੱਤੇ ਬਲਵਾਨ ਨੇ ਕਿਹਾ ਮਰਦਾਨੀ ਕਾਲ ਹੈ। ਠੀਕ ਹੈ ਜੀ, ਹਾਂਜੀ। ਮਹੱਲਾ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਇਹਨਾਂ ਨੇ ਜਿਹੜੇ ਹਿੰਦੂ ਨੇ ਉਹ ਬਿਲਕੁਲ ਕਹਿੰਦੇ, ਉਹ ਤਾਂ ਪਹਿਲੀ ਪੌੜੀ ਤੋਂ ਹੀ ਪਹਿਲੇ ਸਟੈਪ ਤੋਂ ਹੀ ਭੁੱਲ ਗਏ, ਉਲਟੇ ਰਾਹ ਪੈ ਗਏ, ਨਵਾਂ ਦਿਖਾਵੋ ਮੁਸਲਮਾਨ ਪਹਿਲੇ ਸਟੈਪ ਤੋਂ ਹੀ ਭੁੱਲੇ, ਤਾਂ ਗੱਲ ਨੂੰ ਬੋਲੇ ਨਾ, ਦੇ ਜਿਹੜੀ ਹੈ ਮਾਇਆ ਇਹ ਨਹੀਂ ਹੈ, ਉਹ ਮੂਲ ਹੀ ਭੁੱਲੇ ਬਿਲਕੁਲ, ਆਪਣਾ ਮੂਲ ਹੈ ਜਿਹੜਾ ਉਹ ਤਾਂ ਬਿਲਕੁਲ
ਉਹਨਾਂ ਨੂੰ ਪਤਾ ਹੀ ਨਹੀਂ। ਉੱਥੇ ਪ੍ਰਾਤਮਾ ਦੀ ਗੱਲ ਉਹਨਾਂ ਨੇ ਛੱਡ ਦਿੱਤੀ, ਆਤਮਾਰ ਪਰਮਾਤਮਾ ਲਫ਼ਜ਼ ਵਰਤੇ, ਗਾਲ ਵਾਲੀ ਗੱਲ ਹੀ ਛੱਡ ਦਿੱਤੀ ਉਹਨਾਂ ਨੇ। ਬਿਲਕੁਲ ਠੀਕ ਹੈ ਜੀ। ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਉਹ ਖੁੱਟੀ ਕਮਾਈ ਕਰਦੇ ਨੇ, ਅਖੁੱਟ ਜੀ ਜੋ ਪ੍ਰਾਪਤੀ ਕੁਛ ਨਹੀਂ ਉਹ ਖੁੱਟ ਹੈ, ਜਿਹੜਾ ਨਾਮ ਹੈ ਨਿਖੁੱਟ ਹੈ, ਜਿਸ ਖੋਟ ਨਹੀਂ ਹੈ ਉਹ ਨਿਖੁੱਟ ਹੈ। ਠੀਕ ਹੈ ਜੀ। ਹਾਂ, ਨਾਰਦ ਕਾਇਆ ਸੋ ਕਾਰਕ ਕੋਈ ਕਹਿੰਦੇ ਨੇ, ਅਸੀਂ ਨਾਰਦ ਦੇ ਪਿਆ ਹੋਇਆ ਕਰਦੇ ਹਾਂ, ਉਹਨਾਂ ਨੇ ਇੱਕ ਨਾਰਦ ਹੋਰ ਬਣਾਇਆ ਹੋਇਆ ਆਪਣ, ਉਹ ਨਾਰਾਇਣ ਜਿਹੜਾ ਦਿਖਾਉਂਦੇ ਨੇ। ਅੱਛਾ ਜੀ। ਅਸਲ ਚ ਭਗਤੀ ਨਾਰਦੀ ਆ ਹੈ ਜਿਹੜੀ ਗੁਰਮਤ ਹੈ, ਕਹਿੰਦੇ ਨੇ ਅਸੀਂ ਨਾਰਦ ਦੇ ਦਾ ਲਿਖਿਆ ਹੋਇਆ ਕਰਦੇ, ਜਿੰਨੇ ਉਹਨਾਂ ਦੇ ਗ੍ਰੰਥ ਦੱਸੋ ਕਿਹੜਾ ਨਾਰਦ ਨੇ, ਨਾਰਦ ਨੇ ਜੋ ਕੁਛ ਲਿਖਿਆ ਸੀ ਉਹ ਪਿਆ ਸੀਗਾ, ਉਹ ਕਾਸ਼ੀ ਚ ਨਹੀਂ ਸੀਗਾ, ਉਹ ਪਿਆ ਸੀ ਇੱਥੇ ਕਬੀਰ ਗਿਆ ਮਗਰ। ਨਾਲੇ ਉਹ ਕਹਿੰਦੇ ਨੇ ਆਪ ਮੰਨਦੇ ਨੇ ਵੀ ਨਾਰਦ ਨੇ ਇੱਥੇ ਮਗਰ ਭਗਤੀ ਕੀਤੀ ਹੈ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ ਬਸ, ਸ਼ਿਵ ਦੀ ਪੁਰੀ ਤਾਂ ਸਾਰਬੁੱਧ ਨਹੀਂ ਹੈ, ਇਹਦੀ ਸਾਰਬੁੱਧ ਤੁਹਾਡੇ ਕੋਲ ਹੈ ਨੀ, ਉਹ ਉੱਥੇ ਉਹਨੂੰ ਉੱਥੋਂ ਮਿਲਿਆ ਜਾ ਕੇ। ਨਾਰਦ ਦੀ ਭਗਤੀ, ਨਾਰਦ ਦਾ ਤਾਂ ਇੱਕ ਪਾਸੇ ਤੁਸੀਂ ਵਿਰੋਧ ਕਰੀ ਜਾਂਦੇ ਹੋ ਵੀ ਉਹ ਕਹਿੰਦਾ ਇੱਥੇ, ਨਾਰਦ ਨੂੰ ਪੁੱਛਿਆ ਵੀ ਜੀ ਤੁਸੀਂ ਭਗਤੀ ਕਰਦੇ ਹੋ ਇੱਥੇ, ਜਿਹੜਾ ਇੱਥੇ ਕੋਈ ਆਊਗਾ ਉਹ ਕੀ ਫਲ ਮਿਲੂਗਾ, ਇਹਨਾਂ ਨੇ ਸਾਖੀ ਬਣਾਇਆ ਵੀ ਉਹ ਨਾਰਦ ਬੋਲਿਆ ਨੀ, ਚੁੱਪ ਕਰ ਗਿਆ, ਫਿਰ ਪੁੱਛਿਆ, ਫਿਰ ਪੁੱਛਿਆ, ਜਦ ਉਹਨੇ ਕਿਹਾ ਵੀ ਅੱਕ ਗਿਆ ਉਹ, ਗੁੱਸੇ ਚ ਆ ਗਿਆ ਨਾਰਦ ਨੂੰ, ਕਹਿੰਦਾ ਉਹ ਖੋਤੇ ਦੀ ਜ਼ਰੂਰ ਪਊਗਾ, ਸਾਖੀ ਹੈ ਉਹਨੇ ਸ਼ੁਰੂ ਤੋਂ ਤੁਸੀਂ ਨਾਰਦ ਦਾ ਵਿਰੋਧ ਕਰਦੇ ਹੋ, ਕਹਿੰਦੇ ਨਾਰਦ ਦੀ ਭਗਤੀ ਹੈ, ਭਗਤ ਨਾਰਦ ਦੀ ਰਿਸ਼ਵਤ ਜੀ, ਨਾਰਦ ਕੋਈ ਆਦਮੀ ਦਾ ਨਾਮ ਨਹੀਂ, ਜਿਹੜੀ ਦਰਗਾਹ ਦੇ ਵਿੱਚ ਮਜ਼ਦੂਰ ਹੈ ਭਗਤੀ, ਉਹ ਭਗਤੀ ਦੀ ਗੱਲ ਹੈ ਜਿਹਨੂੰ ਕੋਈ ਰੱਦ ਨਹੀਂ ਕਰ ਸਕਦਾ, ਉਹ ਤਾਂ ਸਾਰੀਆਂ ਗੱਲਾਂ ਗੁਰਬਾਣੀ ਦੇ ਸੰਤਾਂ ਦੀਆਂ ਪਲਟਦੀਆਂ, ਸਾਰੀਆਂ ਗੱਲਾਂ ਗੁਰਸੱਤਾਂ ਗੁਰਬਾਣੀ ਨੂੰ ਕਿਸੇ ਨੇ ਅਜੇ ਪਲਟਿਆ ਨੀ, ਲਲਕਾਰਿਆ ਨੀ, ਗੁਰਬਾਣੀ ਨੂੰ ਸੱਚ ਮੰਨ ਲੈਂਦੇ ਨੇ, ਘੁਸ ਬੈਠ ਕਰਕੇ ਵੀ ਅਰਥ ਬਦਲ ਦਿੰਦੇ ਨੇ। ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਉਹ ਨਾਰਦ ਦਾ ਕਿਹਾ ਕਮਾ ਰਹੇ ਆ, ਪਰ ਇਹ ਭੁੱਲ ਹੈ ਉਹਨਾਂ ਦੀ, ਨਾਰਦ ਨੇ ਪੱਥਰ ਪੂਜਾ ਤੋਂ ਰੋਕਿਆ ਸੀ। ਰੋਕਿਆ, ਬਿਲਕੁਲ, ਨਾਰਦ ਤਾਂ ਪੱਥਰ ਪੂਜਾ ਤੋਂ ਖਿਲਾਫ ਹੈ। ਠੀਕ ਹੈ ਜੀ। ਹਾਂਜੀ, ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੇ ਮੁਗਧ ਗਵਾਰ। ਜਿਹੜੇ ਹੋਵੇ ਗੁੰਗਾ, ਹੋਵੇ ਗੁੰਗਾ, ਐਕਸਪਲੇਨ ਨਹੀਂ ਕਰ ਸਕਦਾ, ਬੋਲ ਨਹੀਂ ਸਕਦਾ, ਠੀਕ ਹੈ ਜੀ, ਦੱਸ ਨਹੀਂ ਸਕਦਾ, ਉਹ ਕਹਿੰਦੇ ਦੱਸਣ ਵਾਲੀ ਗੱਲ ਹੀ ਨਹੀਂ, ਬਸ ਜਿਹੜਾ ਪਾਇਆ ਤੇ ਛਪਾਇਆ, ਜਿਹੜਾ ਪਾ ਲੈਂਦਾ ਤਾਂ ਛਪਾ ਲੈਂਦਾ, ਦੱਸਣ ਨੂੰ ਕੁਛ ਹੁੰਦਾ ਤਾਂ ਦੱਸਦੇ, ਐਨੇ ਗ੍ਰੰਥਕਾਰ ਨੂੰ ਲਿਖਵਾ ਰਹੇ ਨੇ ਫਿਰ ਤੁਸੀਂ, ਜੇ ਕਬੀਰ ਉਹ ਨਹੀਂ ਬੋਲਦੇ ਨੇ, ਗੁਰੂ ਨਾਨਕ ਬੋਲਦਾ, ਉਹ ਕਹਿੰਦੇ ਨੇ ਦੱਸਣ ਵਾਲੀ ਗੱਲ ਹੀ ਨਹੀਂ ਦੱਸਦੀ, ਜਿਹੜਾ ਜਿਹੜਾ ਪਾ ਲੈਂਦਾ ਉਹ ਤਾਂ ਬੋਲਦਾ ਹੀ ਨਹੀਂ, ਬੋਲਣ ਦੀ ਲੋੜ ਕਿਉਂ ਪਈ, ਵੀ ਗਿਆਨ ਹੈ ਨੀ ਬੋਲਣ ਲੱਗੇ ਵੀ ਉਹਨਾਂ ਨੂੰ, ਫਿਰ ਉਹ ਕਹਿੰਦੇ ਆ ਦੱਸਣ ਦੀ ਲੋੜ ਨੀ ਹੈ, ਇਹ ਮੁੱਲੋਂ ਭੁੱਲਿਆਂ ਦੀ ਨਿਸ਼ਾਨੀ, ਦੱਸਣ ਵਾਲੀ ਗੱਲੇ ਨੀ ਵੀ ਜੀ ਮੁੱਖ ਦੀ, ਦੱਸਣ ਵਾਲੀ ਗੱਲੇ ਨੀ ਜਿਹਨ ਪਾਇਆ ਤੇ ਛਪਾਇਆ। ਠੀਕ ਹੈ। ਅੰਧ ਅੰਧਾਰ, ਅੰਧਕਾਰ ਹੈ ਅੰਦਰ, ਹਨੇਰੇ ਚ ਪਾਥਰ ਲੈ ਪੂਜੇ, ਕੋਈ ਰੋਸ਼ਨੀ ਕੋਈ ਨੀ, ਠੀਕ ਹੈ ਜੀ, ਪੱਥਰ ਲੈ ਕੇ ਪੂਜਣ ਲੱਗੇ, ਫਿਰ ਮੁਕਤ ਗਵਾਰ ਦੀ ਹੋਰ ਚੀਜ਼, ਮੁਕਤ ਗਵਾਰ ਦੀਆਂ ਨਿਸ਼ਾਨੀ ਆਏ ਹੈ ਜੀ, ਇਹ ਪਿਓਰ ਹਿੰਦੂ ਦੀ ਗੱਲ ਹੈ, ਵਿੱਚ ਮੁਸਲਮਾਨ ਨਹੀਂ ਆ ਸਕਦੇ। ਅੱਛਾ ਜੀ। ਠੀਕ ਹੈ ਜੀ। ਓਏ ਜਾਂ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ, ਆਪ ਡੁੱਬੇ ਹੋਏ ਨੇ ਉਹਨੇ, ਤੁਹਾਨੂੰ ਕੀ ਤਾਰ ਦੇਣਗੇ, ਤੁਸੀਂ ਆਹ ਨਹੀਂ ਮਗਰ ਲੱਗਦੇ, ਜਿਹੜਾ ਆਪ ਡੁੱਬਿਆ ਹੋਇਆ ਹੈ ਉਹ ਦੂਏ ਨੂੰ ਕਿਵੇਂ ਤਾਰ ਦੂਗਾ। ਠੀਕ ਹੈ। ਇਹ ਜਿਹੜੇ ਮੁੱਲੋਂ ਭੁੱਲੇ ਹੋਏ ਆ ਉਹਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਜੀ, ਅੰਧੇ ਆ, ਗੁੰਗੇ ਆ, ਅੰਧ ਅੰਧਾਰ ਚ ਆ, ਪੱਥਰ ਲੈ ਪੂਜਦੇ ਆ। ਬਿਲਕੁਲ ਬਿਲਕੁਲ। ਹਾਂਜੀ। ਪਰੰਤੂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇਹ ਗੱਲ ਤਾਂ ਹੀ ਕਹੀ ਹੈ, ਉਹ ਮੂਲ ਦੀ ਗੱਲ ਨਹੀਂ ਕਰਦੇ। ਚਲੋ ਠੀਕ ਹੈ ਜੀ। ਪੌੜੀ, ਸਭ ਕਿਹੇ ਤੇਰੇ ਵਸ ਹੈ, ਤੂੰ ਸੱਚਾ ਸ਼ਾਹ, ਭਗਤ ਰੱਤੇ ਰੰਗ ਏਕ ਕਹਿ ਪੂਰਾ ਵੇਸਾ। ਹੁਣ ਪਰਮੇਸ਼ਰ ਨੂੰ ਕਿਹਾ ਵੀ ਸਭ ਤੇਰੇ ਵਸ ਹੈ, ਸਭ ਕੁਛ ਤੇਰੇ ਵਸ, ਸਭ ਤੇਰੇ ਪੌੜੀ ਚੱਲਦਾ। ਹਾਂਜੀ। ਭਗਤ ਰੱਤੇ ਰੰਗ ਏਕ ਕਹਿ ਪੂਰਾ ਵੇਸਾ, ਜਿਹੜੇ ਨੇ ਤੇਰੇ ਰੰਗ ਦੇ ਰੰਗੇ ਹੋਏ, ਨਾਮ ਦੇ ਰੰਗ ਰੰਗੇ ਹੋਏ ਨੇ, ਹੁਕਮ ਦਾ ਰੰਗ ਚੜਿਆ ਹੈ ਭਗਤਾਂ ਨੂੰ, ਹੁਕਮ ਹੀ ਨਾਮ ਹੈ, ਮੇਰੇ ਕੋਲ ਨਾਮ ਹੁਕਮ ਹੈ, ਗੁਰ ਸਤਿਗੁਰ ਦੀ ਬਜਾਏ ਜੀ, ਜੋ ਹੁਕਮ ਹੈ ਉਹੀ ਨਾਮ ਹੈ, ਤੂੰ ਸੱਚਾ ਸ਼ਾਹ ਹੈ, ਸੱਚ ਤੇਰੇ ਕੋਲੋਂ ਮਿਲਦਾ, ਜਿਹਨੂੰ ਵੀ ਸੱਚ ਮਿਲਿਆ ਤੇਰੇ ਤੋਂ ਮਿਲਿਆ। ਹਾਂਜੀ। ਜੇ ਕਿਸੇ ਨੇ ਕੋਈ ਚੀਜ਼ ਲੈਣਾ ਹੋਵੇ, ਖਰੀਦਣਾ ਹੋਵੇ, ਸੱਚ ਖਰੀਦੇ ਉਹ ਪਹਿਲਾਂ ਵਸਤਰ ਸਜਾਣ ਕੇ ਤੋਂ ਵਪਾਰ, ਵਪਾਰ ਉਹ ਵੀ ਕਹਿੰਦੇ ਪਛਾਣ ਲੈਣਾ ਚਾਹੀਦਾ, ਨਾਮ ਹੈ ਵੀ ਆਦੀ, ਤੂੰ ਪੂਰਾ ਉਹਨਾਂ ਨੂੰ ਪੂਰਾ ਭਰੋਸਾ ਤੁਹਾਡੇ ਤੇ, ਹਾਂਜੀ ਪੂਰਾ ਵੇਸਾ, ਵਾਕਈ ਹੁਕਮ ਦੇ ਵਸ ਵਿੱਚ ਹੈ ਸਭ ਕੁਛ, ਇਹ ਗੱਲ ਸੱਚ ਹੈ।
ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਘੜੇ ਨੇ ਉਹ ਗਲਤ ਹੈ। ਠੀਕ ਹੈ, ਉਹਨਾਂ ਦੀ ਕੋਈ ਵੀ ਪੂਰਾ ਨਹੀਂ। ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਓ, ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ। ਸਰੀਰ ਦੀ ਖੁਰਾਕ ਨਹੀਂ ਹੈ, ਜਨ ਦੀ ਖੁਰਾਕ, ਆਤਮਾ ਦੀ ਖੁਰਾਕ ਹੈ। ਜਨ ਲਫਜ ਆਤਮਾ ਵਾਸਤੇ ਆਇਆ ਹੈ। ਉਹ ਅੰਮ੍ਰਿਤ ਭੋਜਨ ਨਾਮ ਹੈ ਜਿਹੜਾ, ਉਹ ਖੁਰਾਕ ਹੈ ਜਨ ਦੀ, ਅਸਲ ਚ ਉਹ ਜਨ ਦੇ ਸਰੀਰ ਦੀ ਖੁਰਾਕ ਹੈ। ਆ ਜਿਹੜੀ ਵਿਦੇਹੀ ਹੈ ਨਾ, ਦੇਹੀ ਗੁਪਤ, ਜਿਹਨੂੰ ਅਸੀਂ ਦੇਹੀ ਬੁਲੀ ਬੈਠੇ ਆ, ਗੁਰਬਾਣੀ ਇਹ ਕਹਿੰਦੀ ਹੈ ਦੇਹੀ ਤਾਂ ਗੁਪਤ ਹੈ, ਗੁਪਤ ਸਰੀਰ ਹੈ ਜਿਹੜਾ ਅੰਦਰ ਲਾ, ਉਹ ਦੇਹੀ ਹੈ। ਜੋ ਦੀਵੀ ਹੈ ਵਿਦੇਹੀ ਹੈ, ਬਿਰਸਨਾਰੀ ਹੈ ਵਿਦੇਹੀ। ਦੇਹੀ ਗੁਪਤ ਵਿਦੇਹੀ ਦਿਸ਼ਾ ਹੈ, ਸਗਲਾ ਸਾਜ ਕਰਤ ਜਗਦੀਸ਼ ਹੈ। ਇਹ ਤਾਂ ਜੋੜ ਜਗਦੀਸ਼ ਨੇ ਆਪ ਲਾਇਆ ਹੋਇਆ, ਆਤਮਾ ਦਾ ਸਰੀਰ ਦਾ ਜਿਹੜਾ ਮਾਇਆ ਨੂੰ ਜੋੜਿਆ ਹੋਇਆ, ਇਹ ਤਾਂ ਉਹਦੀ ਕਰਾਮਾਤ ਨੇ, ਉਹਦੇ ਹੁਕਮ ਨੂੰ ਜੁੜਿਆ ਹੋਇਆ, ਉਹ ਚਾਹੇ ਹੋਰ ਨੀ ਕੋਈ ਜੋੜ ਸਕਦਾ। ਠੀਕ ਹੈ ਜੀ। ਉਹ ਰੱਜ ਰੱਜ ਕੇ ਖਾਂਦੇ ਨੇ ਨਾਮ ਨੂੰ, ਨਾਮ ਉਹਨਾਂ ਦੀ ਖੁਰਾਕ ਹੈ। ਸਭ ਪਦਾਰਥ ਪਾਈਨ ਸਿਮਰਨ ਸੱਚ ਲਾਓ, ਸਾਰੇ ਪਦਾਰਥ ਉਹਨਾਂ ਨੂੰ ਮਿਲ ਜਾਂਦੇ, ਸਾਰੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਸੰਸਾਰਿਕ ਪਦਾਰਥ ਵਿੱਚੇ ਆ ਗਏ, ਵਿੱਚੇ ਹੀ ਉਹ ਚਾਰ ਪਦਾਰਥ ਆ ਗਏ। ਪਾਈਨ ਸਿਮਰਨ ਸੱਚ ਲਾਹੋ, ਸੱਚ ਨੂੰ ਸਿਮਰਦੇ ਨੇ, ਉਹ ਜਿਹੜਾ ਲਾਹਾ ਹੀ ਲਾਹਾ, ਕਦੇ ਟੋਟਾ ਹੁੰਦਾ ਹੀ ਨਹੀਂ, ਘਾਟਾ ਪੈਂਦਾ ਹੀ ਨਹੀਂ, ਐਸਾ ਬਣ ਜੀ ਕਰਦੇ ਨੇ ਉਹ। ਸੱਚ ਦਾ ਜੀ ਚ ਘਾਟੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਸੱਚ ਚ ਲਾਹਾ ਹੀ ਲਾਹਾ, ਟੋਟਾ ਹੁੰਦਾ ਨਹੀਂ। ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗੰਮ ਅਗਾਹ, ਸੰਤ ਪਿਆਰੇ ਪਾਰ ਬ੍ਰਹਮ, ਪਾਰ ਬ੍ਰਹਮ ਦੇ ਪਿਆਰੇ ਹੁੰਦੇ ਨੇ ਸੰਤ, ਪਾਰ ਬ੍ਰਹਮ ਨੂੰ ਬੜੇ ਪਿਆਰੇ ਨੇ ਸੰਤ। ਨਾਨਕ ਹਰ ਅਗੰਮ ਅਗਾਹ, ਉਹ ਪਾਰ ਬ੍ਰਹਮ ਦਾ ਅਗੰਮ, ਉਹਦੇ ਬਾਰੇ ਤਾਂ ਨੀ ਕੁਛ ਕਹਿ ਸਕਦੇ ਅਸੀਂ, ਉਹ ਕੀ ਹੈ ਕਿੱਡਾ ਕਹਿ, ਪਰ ਸੰਤਾਂ ਬਾਰੇ ਦੱਸ ਸਕਦੇ ਹਾਂ ਵੀ ਪਾਰ ਬ੍ਰਹਮ ਨੂੰ ਸੰਤ ਪਿਆਰੇ ਹੁੰਦੇ। ਠੀਕ ਹੈ ਜੀ, ਸੰਤਾਂ ਬਾਰੇ ਦੱਸ ਸਕਦੇ, ਇੱਡੀ ਗੱਲ ਦੱਸ ਸਕਦੇ, ਉਹ ਇਹਨਾਂ ਨਾਲ ਪਿਆਰ ਕਰ, ਉਹਦੇ ਸੁਭਾਅ ਦਾ ਇੰਨਾ ਹਿੱਸਾ ਸਾਨੂੰ ਪਤਾ ਥੋੜਾ ਜਿਹਾ। ਨਾਨਕ ਹਰ ਅਗਮ ਅਗਾਹ, ਇਹ ਨਹੀਂ ਦੱਸਿਆ, ਉਹ ਤਾਂ ਅਗਮ ਅਗਾਹ ਹੈ, ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਉਹ। ਠੀਕ ਹੈ, ਇੱਥੇ 20ਵੀਂ ਪੌੜੀ ਸਮਾਪਤੀ ਹੈ ਜੀ।